स्वागत है किसान वीरो तुहाडा यूट्यूब चैनल सिदक डेयरी फार्मिंग दे विच। किसान वीरो अज जिहड़ी वीडियो बना रहे हैं पिंड थांदेवाला तहसील ते जिला इहनू श्री मुक्तसर साहब ही पैंदा है। ये दोस्तों मुक्तसर तो सारा 6-7 किलो 7-8 किलोमीटर साइड ते है। इस पिंड दे विच एक बहुत सोहना फार्म बनिया होया। इस फार्म की दोस्तों पहले एक बार फोटो ते वीडियो छोटी जी पाई सी। सामने जिहड़ा तुसीं कान्या दा शैड देख रहे हो कंध तो दूजी साइड है, उस शैड की वीडियो पाई सी। आने वाले टाइम दोस्तों दोबारा एक वीडियो बनावांगे, थोड़ा जिहा अज फिर बाई जी होरी बिजी है उहदे करके ये लंबी वीडियो नहीं बना रहे। अज की वीडियो दोस्तों मेन जिहड़ी बनाउणी है वह यह दो गाइयां है, टॉप ब्रीड है दोस्तों, प्रोपर रिकॉर्ड वालियां, माँ वाले पक्ष तो भी प्यो वाले पक्ष तो भी, तो गांह जिहड़े बच्चे है दोस्तों वह भी फुल रिकॉर्ड वाले आ रहे हैं। सो इदां दोवां गाइयां की वीडियो बनाउणी है। अगे आपां बाई जी होरां नाल डिटेल च इहदे बारे गलबात करांगे। दूजा वार दोस्तों कमेंट आउंदे सी फीड बारे भी, फीड जिहड़ी उह किहड़ी वरती जांदी है, फार्मूलेशन की हुंदी है, उस बारे भी दोस्तों अज की वीडियो दे विच तुहानू लास्ट दे विच तीन तरह का फार्मूला मिलेगा दोस्तों। फोटो स्क्रीन दे लावांगे, उहदे तों तुसीं फार्मूला नोट कर सकदे आ। जिहड़ा फार्मूला बाई जी होरी इत्थे यूज कर रहे हैं उस फार्मूले की फोटो जिहड़ी है दोस्तों वीडियो दे एंड च तुहानू मिलेगी। वीडियो नूं एंड तक जरूर देखियो। आओ बाई जी होरां नाल गल्लबात करदे आ, पहलां इहनां दी डिटेल पुछदे आ ते उदू बाद च तोर के तुहानू दिखावांगे। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਵੀਰ ਜੀ ਨਾਮ ਦੱਸੋ ਆਪਣਾ ਕੀ? ਮੇਰਾ ਨਾਮ ਹੈ ਜੀ ਗੁਰਪਿੰਦਰ ਸਿੰਘ। ਗੁਰਪਿੰਦਰ ਸਿੰਘ, ਠੀਕ ਹੈ ਬਾਈ। ਕਦੋਂ ਕਦਾ ਫਾਰਮ ਇਹ ਸ਼ੁਰੂ ਕੀਤਾ? ਇਹ ਹੈਗਾ ਜੀ 2015 ਦੇ ਸ਼ੁਰੂ ਕੀਤਾ। 2015 ਤੋਂ ਸ਼ੁਰੂ ਕੀਤਾ। ਇਹ 5-6 ਸਾਲ ਹੋ ਗਏ ਤੁਹਾਨੂੰ ਫਾਰਮ ਕਰਦਿਆਂ ਨੂੰ, ਮਤਲਬ ਕਿੱਦਾਂ ਦਾ ਲੱਗ ਰਿਹਾ ਵੀਰੇ ਹੁਣ ਤੱਕ ਦਾ ਐਕਸਪੀਰੀਅੰਸ? ਠੀਕ ਹੈ ਜੀ, ਚੰਗਾ ਹੈ ਕੁੱਲ ਮਿਲਾ ਕੇ। ਠੀਕ ਹੈ ਜੇ ਬੰਦਾ ਮਿਹਨਤ ਕਰੇ ਤਾਂ ਕੋਈ 2 ਰੁਪਏ ਬਚਤ ਹੈਗੀ ਹੈ? ਮਿਹਨਤ ਕਰਨ ਨਾਲ, ਹਾਂ ਜੀ, ਥੋੜ੍ਹਾ ਜਿਹਾ ਆਪ ਧਿਆਨ ਦੇਵੇ ਬੰਦਾ ਫੇਰ ਹੀ ਹੈ। ਠੀਕ ਹੈ। ਅੱਛਾ, 5 ਸਾਲਾਂ ਦੇ ਵਿੱਚ ਦੀ ਤੁਸੀਂ ਜੋ ਆਪ ਮਤਲਬ ਆਪਦੇ ਫਾਰਮ ਦੇ ਵਿੱਚ ਤੁਸੀਂ ਨੋਟ ਕੀਤਾ ਹੋਵੇ, ਕਿਹੜੀਆਂ ਚੀਜ਼ਾਂ ਤੁਹਾਨੂੰ ਲੱਗਦੀਆਂ ਵੀ ਫਾਰਮ ਨੂੰ ਕਾਮਯਾਬ ਕਰਦੀਆਂ ਤੇ ਫੇਲ ਵਾਲੇ ਪਾਸੇ ਨੂੰ ਕਿਹੜੀਆਂ ਲੈ ਕੇ ਜਾਂਦੀਆਂ? ਕਾਮਯਾਬ ਤਾਂ ਬਰੀਡ ਵਾਲੇ ਪਾਸੇ ਹੁੰਦਾ ਬੰਦਾ। ਠੀਕ ਹੈ। ਜਿੰਨਾ ਆਪਾਂ ਜਿਵੇਂ ਦੁੱਧ ਦੇ ਰੇਟ ਥੋੜ੍ਹੇ ਜਿਹੇ ਘੱਟ ਹੈ ਤੇ ਜੇ ਆਪਾਂ ਘੱਟ ਦੁੱਧ ਵਾਲੀਆਂ ਰੱਖਾਂਗੇ ਤਾਂ ਉਹ ਨਹੀਂ ਕਾਮਯਾਬ ਕਰਦੀਆਂ ਆਪਾਂ ਨੂੰ। ਆਪਾਂ ਥੋੜ੍ਹਾ ਬਰੀਡ ਤੇ ਧਿਆਨ ਦੇਣਾ ਪੈਣਾ। ਠੀਕ ਹੈ। ਚੰਗੇ ਸੀਮ ਲਵਾਉਣੇ ਪੈਣੇ ਆ। ਸਹੀ ਹੈ। ਜਿੰਨਾ ਜ਼ਿਆਦਾ ਦੁੱਧ ਹੋਊਗਾ ਗਾਂ ਦਾ ਉਨਾ ਹੀ ਆਪਾਂ ਨੂੰ ਉਹਦਾ ਫਾਇਦਾ ਮਿਲੂਗਾ, ਉਨਾ ਹੀ ਜ਼ਿਆਦਾ ਫਾਇਦਾ ਹੋਊਗਾ। ਮਤਲਬ ਸਭ ਤੋਂ ਪਹਿਲਾਂ ਬਰੀਡ ਤੇ ਧਿਆਨ ਦੇਣ ਦੀ ਲੋੜ ਹੈ ਨਾ? ਹਾਂ, ਬਰੀਡ ਤੇ। ਠੀਕ ਹੈ। ਤੇ ਕੋਈ ਇਹਨਾਂ ਦਾ ਤੁਹਾਨੂੰ ਜਦੋਂ ਸ਼ੁਰੂਆਤ ਕੀਤੀ ਹੈ ਕੋਈ ਰੋਗਾਂ ਨੇ ਪਰੇਸ਼ਾਨ ਕੀਤਾ ਹੋਵੇ ਜਿਵੇਂ HF ਗਾਂ ਤੇ ਮਸਟੇਟਸ ਵਗੈਰਾ ਆ ਜਾਂਦੀ ਹੈ? ਉਹ ਨਹੀਂ, ਬਾਹਲੀ ਆਉਂਦੀ, ਕੋਈ ਮਾੜੀ ਮੋਟੀ ਤਾਂ ਆਉਂਦੀ ਰਹਿੰਦੀ ਆ। ਠੀਕ ਹੈ। ਉਹ ਹੋ ਜਾਂਦੀ ਹੈ ਮਾੜੀ ਮੋਟੀ, ਕੋਈ ਗੱਲ ਨਹੀਂ ਹੁੰਦੀ ਐਡੀ, ਤੇ ਕੋਈ ਐਡਾ ਕੋਈ ਮੇਜਰ ਕੇਸ ਨਹੀਂ ਬਣਿਆ ਵੀ ਕੋਈ ਜ਼ਿਆਦਾ ਹੋ ਜੇ। ਜ਼ਿਆਦਾ ਹੋ ਜੇ, ਠੀਕ ਹੈ। ਇੱਕ ਇਹਨਾਂ ਦੀ ਰਿਪੀਟਿੰਗ ਦਾ ਬੜਾ ਰੌਲਾ ਜਿਹਾ ਚੱਲਦਾ ਰਹਿੰਦਾ? ਰਿਪੀਟਿੰਗ ਮੇਰੇ ਕੋਲ ਤਾਂ ਨਹੀਂ ਅੱਜ ਤੱਕ ਆਈ ਸਮੱਸਿਆ। ਠੀਕ ਹੈ। ਕਿਉਂ, ਮੈਂ ਸਾਈਲੇਜ ਦਿੰਦਾ ਇਹਨਾਂ ਨੂੰ ਪ੍ਰੋਪਰੀ, ਜਦੋਂ ਦਾ ਸ਼ੁਰੂ ਕੀਤਾ ਪਹਿਲਾਂ ਮੈਂ ਸਾਈਲੇਜ ਹੀ ਸ਼ੁਰੂ ਕੀਤਾ ਇਹਨਾਂ ਦਾ। ਠੀਕ ਹੈ। ਸਹੀ ਦਾਣੇ ਵਾਲਾ ਸਾਈਲੇਜ ਪਾਉਣਾ ਤੇ ਪਾਊਡਰ ਵਗੈਰਾ ਨਾਲ ਪੈਂਦੇ ਆ। ਠੀਕ ਹੈ। ਉਹ ਵਟਾ ਕੇ ਕਿਸੇ ਕਿਸੇ ਕੰਪਨੀ ਦਾ ਚੰਗੀ ਦਾ, ਕਦੇ ਕਿਸੇ ਕੰਪਨੀ ਦਾ ਜਾਂ PDF ਦਾ ਜਾਂ ਕਿਸੇ ਹੋਰ ਦਾ ਪਾਈ ਜਾਈਦਾ, ਪਰ ਨਹੀਂ ਉਹ ਜੇ ਆਪਾਂ ਲਗਾਤਾਰ ਰੱਖਾਂਗੇ ਨਹੀਂ ਆਉਂਦੀ ਨਾ। ਨਹੀਂ ਆਉਂਦੀ, ਮਤਲਬ ਇਹਨਾਂ ਦੀ ਪ੍ਰੋਪਰ ਜਿਹੜੀ ਨਿਊਟ੍ਰੀਸ਼ਨ ਬੈਲੈਂਸ ਹੋਵੇ ਹਨਾ, ਤਾਂ ਫਿਰ ਉਹ ਇਦਾਂ ਦੀ ਰਿਪੀਟਿੰਗ ਵਾਲੀ ਵੀ ਸਮੱਸਿਆ ਨਹੀਂ ਆਉਂਦੀ। ਠੀਕ ਹੈ। ਅੱਛਾ, ਅੱਜ ਜਿਹੜੀ ਆਪਾਂ ਇਹ ਵੀਡੀਓ ਬਣਾਉਣੀ ਇਹਦੇ 'ਚ 2 ਗਾਈਆਂ ਆਪਾਂ ਵਿਕਾਊ ਕੀਤੀਆਂ। ਹਾਂਜੀ ਹਾਂਜੀ। ਪਹਿਲੇ ਨੰਬਰ 'ਤੇ ਜਿਹੜੀ ਇਹ ਕਾਲੀ ਗਾਂ, ਇਹ 91 ਸੂਏ ਸੂਈ ਹੈ? ਇਹ ਪਹਿਲਾਂ ਨਹੀਂ ਸੂਈ ਹੈ ਜੀ, ਪਰ ਠੀਕ ਹੈ, ਪਰਸੋਂ ਸੂਈ ਹੈ, 3 ਦਿਨ ਹੋਏ ਆ। ਠੀਕ ਹੈ। ਬੱਚਾ ਇਹਨੇ ਕੀ ਦਿੱਤਾ? ਬੱਚਾ ਵੱਛੀ ਹੈ ਜੀ। ਵੱਛੀ ਦਿੱਤੀ ਹੈ, ਵਰਲਡਵਾਈਡ ਦੀ ਵੱਛੀ ਹੈ ਜੀ। ਠੀਕ ਹੈ, ਵਰਲਡਵਾਈਡ ਦੀ ਵੱਛੀ ਹੈ। ਤੇ ਇਹ ਆਪ ਕਿਹੜੇ ਸੀਮਨ ਦੀ ਹੈ? ਆਪ ਇਹ ਹੈਗੀ ਮਨੀ ਮੇਕਰ ਦੀ, ਮਨੀ ਮੇਕਰ ABS ਦਾ। ਠੀਕ ਹੈ। ਇਹਦੀ ਮਾਂ ਦਾ ਦੁੱਧ ਦਾ ਕੀ ਰਿਕਾਰਡ ਰਿਹਾ ਬਾਈ? ਇਹਦੀ ਮਾਂ ਦਾ ਦੁੱਧ ਦਾ ਰਿਕਾਰਡ ਸੀਗਾ ਜੀ 35-40, 35-40 ਦੇ ਵਿੱਚ ਵਿੱਚ ਰਹੀ ਹੈ। ਠੀਕ ਹੈ। ਤੇ ਇਹ ਦੰਦੋ ਕਿਵੇਂ ਹੈ? ਇਹ 2 ਦੰਦ ਹੈ ਜੀ। 2 ਦੰਦ ਦੋਸਤੋ, ਕਮਾਲ ਦੀ ਚੀਜ਼ ਬਾਈ ਜੀ ਹੋਰਾਂ ਨੇ 2 ਦੰਦ ਵੱਛੀ ਹੈ ਜਿਹੜੀ ਤਿਆਰ ਕੀਤੀ ਹੈ। ਥਣਾਂ ਦੇ ਵਿੱਚ ਬਿੱਥੀ ਦੇਖ ਲਓ, ਹਵਾਨਾ ਦੋਸਤੋ ਤੁਹਾਨੂੰ ਦਿਖਾਵਾਂਗੇ। ਹਾਲਾਂਕਿ ਦੁਪਹਿਰ ਦਾ ਟਾਈਮ ਹੋਇਆ, ਹਜੇ ਕੋਈ ਬਹੁਤਾ ਜ਼ਿਆਦਾ ਟਾਈਮ ਨਹੀਂ, ਲਗਭਗ 12 ਵਜੇ ਦੇ ਆਸ ਪਾਸ ਦਾ ਟਾਈਮ ਹੈ। ਥਣਾਂ 'ਚ ਬਿੱਥੀ ਦੋਸਤੋ ਚਾਰਾਂ 'ਚ ਤੁਸੀਂ ਦੇਖ ਸਕਦੇ ਹੋ। ਅਤੇ ਦੋਸਤੋ ਇਹ ਵਰਲਡਵਾਈਡ ਦੇ ਕ੍ਰੈਂਕਟ ਦੀ ਵੱਛੀ ਹੈ ਅਤੇ ਆਪ ABS ਦੇ ਸੀਮਨ ਦੀ ਵਹਿੜ ਹੈ। ਇਹਨੂੰ ਤੋਰ ਨਹੀਂ ਬਾਈ ਖੋਲ੍ਹੀ ਦੋਸਤੋ, ਟਾਈਮ ਤੁਹਾਨੂੰ ਵੀਡੀਓ 'ਚ ਦਿਖਾ ਦਿੰਦਾ। 12:00 ਦੋਸਤੋ 28 ਮਿੰਟ ਹੈ ਹਜੇ ਸ਼ਾਮ ਤੱਕ। ਦੋਸਤੋ ਇਹਨੇ ਗਾਣੇ ਕਿੰਨਾ ਕੁ ਭਰਨਾ ਉਹਦਾ ਅੰਦਾਜ਼ਾ ਤੁਸੀਂ ਆਪ ਲਾ ਲਓ। ਕੱਦ ਕਾਠ ਦੋਸਤੋ ਬਹੁਤ ਜ਼ਿਆਦਾ ਹੈ, ਦੇਖ ਸਕਦੇ ਦੋਸਤੋ। ਇਹ ਤੁਰਦੀ ਤੋਂ ਦੋਸਤੋ ਤੁਹਾਨੂੰ ਅੰਦਾਜ਼ਾ ਹੋ ਜੂਗਾ ਵੀ ਇਹ ਹਵਾਨਾ ਇਹਨੇ ਕਿੰਨਾ ਕੁ ਤਿਆਰ ਕੀਤਾ। ਥੱਲੋਂ ਤੁਸੀਂ ਦੋਸਤੋ ਜਦੋਂ ਇਹ ਲੱਤਾਂ ਰੱਖਦੀ ਹੈ ਤੁਰ ਉਹਦੇ ਤੋਂ ਪਤਾ ਲੱਗ ਜੂਗਾ, ਕਿਉਂਕਿ ਤੁਰਿਆ ਜਿਹੜਾ ਗਾਂ ਤੋਂ ਜਾਂਦਾ ਨਹੀਂ ਗਾ ਪ੍ਰੋਪਰ, ਸਿੱਧੇ ਤਰੀਕੇ ਨਾਲ ਤੁਸੀਂ ਦੇਖ ਸਕਦੇ। ਬਸ ਬੰਦ ਹੈ ਵੀਰੇ। ਸੋ ਦੋਸਤੋ ਬਹੁਤ ਚੰਗੀ ਵਹਿੜ, ਜਿਹੜੇ ਵੀਰ ਨੇ ਪ੍ਰੋਪਰ ਰਿਕਾਰਡ ਵਾਲੀ ਵਹਿੜ ਖਰੀਦਣੀ ਹੈ ਉਹ ਵੀ ਸੰਪਰਕ ਕਰ ਸਕਦਾ। ਇਦੋਂ ਅੱਗੇ ਦੋਸਤੋ ਨਾਲ ਇਹਦੇ ਜਿਹੜੀ ਆ ਵੱਛੀ ਬਹੁਤ ਚੰਗੀ ਹੈ, ਪ੍ਰੋਪਰ ਰਿਕਾਰਡ ਵਾਲੀ ਵੱਛੀ ਹੈ। ਇਸ ਫਾਰਮ ਦੇ ਉੱਤੇ ਦੋਸਤੋ AI ਆਪਾਂ ਬਾਈ ਜੀ ਹੋਰਾਂ ਤੋਂ ਪੁੱਛਾਂਗੇ। ਹਾਲਾਂਕਿ ਮੈਂ ਤੁਹਾਨੂੰ ਦੱਸ ਦਿੰਦਾ ਬਲਜਿੰਦਰ ਵੜਿੰਗ
ਉਹ ਵੀਰ ਕਰਦਾ ਇੱਥੇ ਆਈ ਚੰਗਾ ਸੀਮਨ ਉਹਦੇ ਕੋਲੋਂ ਦੋਸਤੋ ਅਵੇਲੇਬਲ ਹੁੰਦਾ ਮਿਲਦਾ ਬਹੁਤੇ ਵੀਰਾਂ ਨੇ ਫੋਨ ਕਰਕੇ ਜਾਂ ਉਹਨਾਂ ਕੋਲੋਂ ਸੀਮਨ ਉਹਦੇ ਕੋਲੋਂ ਲੈ ਕੇ ਵੀ ਗਏ ਆ ਅੱਗੇ ਇੱਕ ਹੋਰ ਵਹਿੜ ਆ ਬਾਈ ਕੋਲ ਇਹਦੇ ਬਾਰੇ ਵੀ ਪੁੱਛਦੇ ਆ ਬਾਈ ਜਿਹੜੀ ਦੋ ਨੰਬਰ 'ਤੇ ਕਾਲੀ ਚਿੱਟੀ ਵਹਿੜ ਇਹਨੇ ਕਹਿੰਦੇ ਸੂਏ ਸੂਣਾ ਇਹ ਵੀ ਪਹਿਲਾਂ ਵਹਿੜ ਆਈ ਪਹਿਲਾਂ ਹੀ ਇਹ ਚਾਰ ਦੰਦ ਆ ਕਿੰਨੇ ਦਿਨ ਰਹਿੰਦੇ ਇਹਦੇ ਇਹ 14 ਤਰੀਕ ਨੂੰ ਇਹਦੇ 9 ਮਹੀਨੇ ਪੂਰੇ 14 ਨੂੰ ਅੱਜ 8 ਤਰੀਕ ਆ ਹਜੇ 6-7 ਦਿਨ ਪਏ 6-7 ਦਿਨ ਲੈ ਠੀਕ ਹੈ ਇਹਦੀ ਮਾਂ ਦਾ ਕੀ ਰਿਕਾਰਡ ਰਿਹਾ ਇਹਦਾ ਵੀ 35 ਤੋਂ 40 ਦੇ ਵਿੱਚ ਹੀ ਸੀਗਾ 35 ਤੋਂ 40 ਦੇ ਵਿੱਚ ਹੀ ਉਹ ਸੀ ਠੀਕ ਹੈ ਅਤੇ ਬਾਈ ਜੀ ਇੱਕ ਇਹ ਦੱਸੋ ਵੀ ਇਹ ਕਿਹੜੇ ਸੀਮਨ ਦੀ ਆਪ ਇਹ ਆਪ ਓਮਾਨ ਵਹਿਰ ਦੀ ਇੰਪੋਰਟਡ ਸਰਕਾਰੀ ਸੀਮਨ ਦੀ ਠੀਕ ਹੈ ਅਤੇ ਇਹਦੇ ਲੱਗਾ ਅੱਗੇ ਲੱਗਾ ਵਰਲਡਵਾਈਡ ਵਰਲਡਵਾਈਡ ਦਾ ਹਾਂਜੀ ਅੱਛਾ ਇਹ ਜਿਹੜਾ ਰਿਕਾਰਡ ਹੈ ਇਹ ਸਾਰਾ ਲਿਖਿਆ ਹੋਇਆ ਆਪਣੇ ਹਾਂਜੀ ਹਾਂਜੀ ਓਕੇ ਜਮਾ ਠੀਕ ਹੈ ਅਤੇ ਇਹਨਾਂ ਦੇ ਰੇਟ ਦੱਸ ਦਿਓ ਬਾਈ ਜੀ ਕੀ ਕਰਦੇ ਹੋ ਰੇਟ ਇਹਨਾਂ ਦੇ ਹੈਗੇ ਜੀ 1.25 ਲੱਖ ਰੁਪਏ 1.25 ਲੱਖ ਹਾਂਜੀ ਠੀਕ ਹੈ ਥੋੜ੍ਹਾ ਬਹੁਤ ਇਹਦੇ 'ਚੋਂ ਮੌਕੇ 'ਤੇ ਹਾਂ ਉਹ ਮੌਕੇ 'ਤੇ ਹੋ ਜੂਗਾ ਠੀਕ ਹੈ ਦੋਸਤੋ ਵੈਡ ਇਹ ਵੀ ਬਹੁਤ ਚੰਗੀ ਹੈ ਸਰਕਾਰੀ ਇੰਪੋਰਟਡ ਸੀਮਨ ਦੀ ਹੈ ਨਾ ਦੋਸਤੋ ਇਹਦੇ ਜਿਹੜੇ ਹੈਗੇ ਇਹਨਾਂ ਦੇ ਤੁਸੀਂ ਇਹਨਾਂ ਕੋਲ ਬਾਈ ਜੋਰਾਂ ਕੋਲ ਡੈਰੀ 'ਤੇ ਲਿਖੇ ਆ ਉੱਥੋਂ ਲੈ ਲੈਣੇ ਆ ਉਦੋਂ ਬਾਅਦ 'ਚ ਦੋਸਤੋ ਤੁਸੀਂ ਉਹ ਨਾਂ ਜਿਹੜੇ ਆ ਉਹਨਾਂ ਦੇ ਉੱਤੇ ਸਰਚ ਮਾਰ ਕੇ ਉਹਨਾਂ ਦੇ ਰਿਕਾਰਡ ਪ੍ਰੋਪਰ ਤੁਸੀਂ ਦੇਖ ਸਕਦੇ ਖੋਲੀ ਵੀਰੇ ਨੂੰ ਇਹ ਵੀ ਗਾਂ ਦੋਸਤੋ ਤੋਰ ਕੇ ਦਿਖਾ ਦਿੰਦੇ ਹਾਂ ਪਹਿਲੇ ਨੰਬਰ ਵਾਲੀ ਨੂੰ ਥੋੜ੍ਹੀ ਜਿਹੀ ਕੱਦ 'ਚ ਛੋਟੀ ਹੈ ਪਰ ਲੱਤਾਂ ਪੈਰਾਂ ਦੀ ਦੋਸਤੋ ਇਹ ਵੀ ਬਹੁਤ ਮਜ਼ਬੂਤ ਵਹਿੜ ਹੈ ਬਾਕੀ ਚੰਗਾ ਸੀਮਨ ਬਾਈ ਹੋਰੀ ਵਰਤਦੇ ਆ ਪਹਿਲਾਂ ਹੀ ਤੁਹਾਨੂੰ ਦੱਸਤਾ ਪ੍ਰੋਪਰ ਸਾਈਲੇਜ ਦੇ ਉੱਤੇ ਹੈ ਸਾਰਾ ਜਿਹੜਾ ਮਤਲਬ ਪਸ਼ੂ ਜਿਹੜੇ ਆ ਰੱਖਣ ਤੋਂ ਪਹਿਲਾਂ ਬਾਈ ਜੀ ਉਹਨਾਂ ਨੇ ਸਾਈਲੇਜ ਤਿਆਰ ਕੀਤਾ ਸੀ ਇਹ ਦੋਸਤੋ ਜ਼ਰੂਰੀ ਹੈ ਜੇ ਕੋਈ ਵੀਰ ਗਾਈਆਂ ਰੱਖਣੀਆਂ ਚਾਹੁੰਦਾ ਤਾਂ ਇਹ ਧਿਆਨ 'ਚ ਰੱਖ ਲਓ ਵੀ ਤੁਹਾਨੂੰ ਸਾਈਲੇਜ ਵਰਤਣਾ ਪਊਗਾ ਜੇ ਤੁਸੀਂ ਕਾਮਯਾਬ ਹੋਣਾ ਕਿਉਂਕਿ ਇਕੱਲੇ ਹਰੇ ਪੱਠਿਆਂ ਨਾਲ ਅਸੀਂ ਇਹਨਾਂ ਦੀ ਜਿਹੜੀ ਲੋੜ ਹੈ ਤੱਤਾਂ ਦੀ ਜਿਹੜੀ ਉਹ ਪੂਰੀ ਨਹੀਂ ਦੋਸਤੋ ਕਰ ਸਕਦੇ ਬਹੁਤ ਚੰਗੇ ਹਵਾਨੇ ਦੀ ਗਾਂ ਬਾਕੀ ਇਹ ਦੋਸਤੋ ਖੁੱਲ੍ਹੀਆਂ ਰਹਿਣ ਵਾਲੀਆਂ ਗਾਈਆਂ ਇਹਨਾਂ ਨੂੰ ਰੱਸੇ ਬੰਨ੍ਹ ਕੇ ਤੋਰਨਾ ਉਹ ਜਿਹੜਾ ਔਖਾ ਕੰਮ ਹੈ ਕਿਉਂਕਿ ਮਸਤ ਰਹਿਣ ਵਾਲੀਆਂ ਖੁੱਲ੍ਹਾ ਰਹਿਣ ਵਾਲੀਆਂ ਗਾਈਆਂ ਥਣਾਂ 'ਚ ਵਿੱਚੀ ਇੱਥੋਂ ਦੇਖ ਲਓ ਬਹੁਤ ਸੋਹਣੀ ਵਹਿੜ ਆ ਦੋਸਤੋ ਇਹ ਵੀ ਦੇਖ ਸਕਦੇ ਹੋ ਤੁਸੀਂ ਬਾਕੀ ਦੋਸਤੋ ਜਿਹੜੇ ਫੀਡ ਦੇ ਫਾਰਮੂਲੇ ਆ ਤਿੰਨ ਤਰ੍ਹਾਂ ਦੇ ਫਾਰਮੂਲੇ ਬਾਈ ਜੋਰਾਂ ਕੋਲ ਹੈਗੇ ਆ ਉਹ ਤਿੰਨੇ ਮੈਂ ਸਕਰੀਨ ਉੱਤੇ ਲਾ ਰਿਹਾ ਤੁਸੀਂ ਇਹ ਫਾਰਮੂਲੇ ਦੇਖ ਕੇ ਬੇਸ਼ੱਕ ਆਪਦੇ ਕਿਸੇ ਜਿਹੜਾ ਤੁਹਾਡੇ ਨਿਊਟ੍ਰੀਸ਼ਨ ਵੈਲਿਊ ਕੱਢ ਕੇ ਦੇਣ ਵਾਲੇ ਕੋਈ ਡਾਕਟਰ ਸਾਹਿਬ ਹੈ ਉਹਨਾਂ ਨਾਲ ਵੀ ਤੁਸੀਂ ਸੰਪਰਕ ਕਰਕੇ ਇਹਨਾਂ ਫਾਰਮੂਲਿਆਂ ਨੂੰ ਚੈੱਕ ਕਰਾ ਲਿਓ ਵੀਰ ਜੀ ਹੋਰੀ ਇਹੀ ਫਾਰਮੂਲਿਆਂ 'ਤੇ ਕੰਮ ਕਰ ਰਹੇ ਆ ਬਾਕੀ ਇਹ ਸਾਈਲੇਜ ਦੋਸਤੋ ਮੱਕੀ ਦੇਖ ਸਕਦੇ ਇਹਨਾਂ ਦਾ ਆਪਦਾ ਘਰ ਦਾ ਤਿਆਰ ਕੀਤਾ ਹੋਇਆ ਇਹ ਪਸ਼ੂ ਸਾਰੇ ਪ੍ਰੋਪਰ ਸਾਈਲੇਜ ਉੱਤੇ ਪਲਦੇ ਆ ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ ਜਿਹੜੇ ਵੀ ਵੀਰ ਦੇ ਇਹ ਗਾਈਆਂ ਪਸੰਦ ਆਉਂਦੀਆਂ ਜੇ ਇੱਕ ਗਾਂ ਪਸੰਦ ਆਉਂਦੀ ਅਤੇ ਇੱਕ ਜੇ ਦੋਨੇ ਪਸੰਦ ਆਉਂਦੀਆਂ ਦੋਨੇ ਤੁਸੀਂ ਇਹਨਾਂ 'ਚੋਂ ਗਾਂ ਦਾ ਸੌਦਾ ਬਾਈ ਜੋਰਾਂ ਕਰ ਸਕਦੇ ਹਾਂ ਖਰੀਦ ਸਕਦੇ ਹਾਂ ਬਾਕੀ ਦੋਸਤੋ ਤਸੱਲੀ ਨਿਰਖ ਫਰਖ ਜਿਹੜੀ ਉਹ ਆਪ ਕਰ ਸਕਦੇ ਹਾਂ ਤੁਸੀਂ ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ ਗਾਵਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਕਮੈਂਟ ਕਰਕੇ ਜ਼ਰੂਰ ਦੱਸੋ